इस वेले की वड्डी खबर कपूरथला तो सामने आ रही है। तुहानूं दस दिंदे आं कपूरथला के पिंड किशन सिंह का रहण वाला सरपंच जिसके रिश्तेदारों के वलों गुंडागर्दी शरेआम दिखाई दी है। तुहानूं दस दिंदे आं पिंड दे रहण वाले एक गरीब परिवार के नौजवान ते तेज़ तार हथियारों के नाल इन्हां दे वलों हमला कर दिता जांदा है। उसनूं बुरी तरीके दे नाल जख्मी करन दीआं तस्वीरां सरकारी हस्पताल कपूरथला तो सामने आ रही हैं, जिथे पीड़ित परिवार ने इलाज के लिए इस नौजवान नूं कपूरथला दे सरकारी हस्पताल दे विच दाखिल करवाया। तुहानूं दस दिंदे आं जख्मी नौजवान का नाम सतनाम सिंह दस्या जा रहा है, जो कि ड्राइवर है। इस पूरे मामले के संबंध में जानकारी देंदे हुए की कहना सी जख्मी होए नौजवान सतनाम सिंह का ते नाल ही उसके परिवारक मैंबरां दा, आओ सुनाउंदे आं तुहानूं। ਕੀ ਨਾਮ ਹੈ ਜੀ ਆਪਣਾ? ਨਿਰੰਜਣ ਸਿੰਘ। ਹਾਂਜੀ, ਕਿਹੜੇ ਪਿੰਡ ਤੋਂ? ਕਿਸ਼ਨ ਸਿੰਘ ਵਾਲਾ। ਹਾਂਜੀ, ਕੀ ਗੱਲ ਕੀ ਹੋਈ ਸੀ? ਗੱਲ ਕੁਛ ਨਹੀਂ, ਮੁੰਡਾ ਕਾਫਤੇ ਚੱਲਿਆ ਸੀ ਤੇ ਉਹਨਾਂ ਹਾਥੀ ਤੇ ਜਾਂਦਾ ਸੀ ਤੇ ਉਹਨਾਂ ਘੇਰ ਕੇ ਕੁੱਟਿਆ ਆ, ਤੇ ਮੇਰੇ ਘਰ ਵਾਲੀ ਵੀ ਗਈ, ਉਹਦੇ ਵੀ ਲੀੜੇ ਲਾੜੇ ਪਾੜੇ ਆ ਤੇ ਲੱਤਾਂ ਲੱਤਾਂ ਮਾਰੀਆਂ, ਉਹਦੇ ਵੀ ਰੋਡੇ ਰੋਡੇ ਵੱਲ ਜੇ। ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋਈ? ਅਸੀਂ ਦੋ ਤਿੰਨ ਵਾਰੀ ਫਤੂਟੀ ਕੇ ਗਿਆ ਤੇ ਉਹ ਕਹਿੰਦੇ ਇੱਥੇ ਪੁਲਿਸ ਹੀ ਹੈ ਨਹੀਂ ਗੇ। ਜਿਹੜੇ ਦੋਸ਼ੀ ਸੀ ਉਹ ਕਿੱਥੇ ਦੇ? ਉਹ ਦੋਸ਼ੀ ਸਾਡੇ ਪਿੰਡ ਦੇ ਹੀ ਆ। ਕੀ ਨਾਮ ਕੋਈ ਪਤਾ? ਇੱਕ ਸਰਪੰਚ ਦਾ ਮੁੰਡਾ ਆ ਤੇ ਉਹਦੇ ਭਤੀਜੇ ਆ ਨਾਲ, ਕਰਨ ਤੇ ਹਮੂ ਤੇ ਅਜੇ ਆ ਤੇ ਰਾਜਨ ਗੋਪੀ ਕਾਕੂ। ਕਾਰਨ ਉਹਨਾਂ ਜਾਣ ਕੇ ਕੁੱਟਿਆ, ਘੇਰ ਕੇ ਕੁੱਟਿਆ ਜੀ। ਪੁਲਿਸ ਵਾਲੇ ਤੋਂ ਇਹੋ ਮੰਗ ਕਰਦੇ ਨੇ, ਸਾਫ਼ ਚਾਹੀਦਾ। ਕੋਈ ਪੁਲਿਸ ਵਾਲਾ ਵੜਦਾ ਹੀ ਨਹੀਂ ਇੱਥੇ, ਕੱਲ੍ਹ ਦਾ ਆਇਆ ਹੀ ਨਹੀਂ ਗਾ। ਉਹ ਕਹਿੰਦੇ ਥਾਣੇ ਪੁਲਿਸ ਹੀ ਹੈ ਨਹੀਂ ਗੇ, ਸਾਨੂੰ ਖਤਰਾ ਹੀ ਖਤਰਾ ਆਇਆ ਉਹਨਾਂ ਤੋਂ। ਉਹ ਚਲੇ ਚਲੇ ਆ ਬਾਹਰ ਮਾਰ ਕੇ ਲੱਤਾਂ ਤੋੜ ਕੇ। ਕੀ ਨਾਮ ਹੈ ਜੀ ਆਪਣਾ? ਸਿੰਘ ਜੀ। ਕਿਹੜਾ ਪਿੰਡ ਵਾ? ਕਿਸ਼ਨ ਸਿੰਘ ਵਾਲਾ। ਅੱਜ ਕੀ ਗੱਲ ਕੀ ਹੋਈ ਸੀ? ਜਿੱਦਾਂ ਜੀ ਮੈਂ ਕੰਮ 'ਤੇ ਚੱਲਾਂ ਸੀ ਜੀ। ਹਾਂਜੀ, ਅਤੇ ਮੇਰੇ ਨਾਲ ਦੋ ਛੋਟੇ ਬੱਚੇ ਸੀ। ਹਾਂਜੀ, ਅਤੇ ਉਹ ਮੈਨੂੰ ਕਹਿੰਦੇ ਸੀ ਵੀ ਝੂਟਾ ਦੇ ਦਿਓ। ਮੈਂ ਨਾਲੇ ਕਣਕ ਸਿੱਟਣ ਚੱਲਾਂ ਸੀ, ਹੱਥ 'ਚ ਰੱਖੀ ਪਈ। ਮੈਂ ਇਹਨਾਂ ਦੇ ਲਾਗੇ ਦੀ ਲੰਘਿਆ, ਇਹ ਪੰਜ ਛੇ ਜਣੇ ਖਲੋਤੇ ਸੀ ਜੀ, ਅਤੇ ਇਹਨਾਂ ਮੈਨੂੰ ਆਵਾਜ਼ ਦਿੱਤੀ ਵੀ ਹੌਲੀ ਚੱਲ। ਮੈਂ ਲੰਘਿਆ ਵੀ ਹੌਲੀ ਜੀ, ਮੇਰੇ ਨਾਲ ਨਿਆਣੇ ਬੈਠੇ ਪਏ, ਗਾੜੀ ਮੋੜ ਸੀ, ਮੋੜ ਤੋਂ ਕਿਹੜਾ ਗਾੜੀ ਤੇਜ਼ ਹੋਣਾ ਸੀ। ਮੈਂ ਗਾੜੀ ਗਿਆ, ਗਾੜੀ ਮੇਰੇ ਹੱਥੀ ਦਾ ਤੇਲ ਮੁੱਕ ਗਿਆ, ਮੇਰੇ ਮਗਰ ਆ ਕੇ ਇਹਨਾਂ ਨੇ ਬਾਅਦ 'ਚ ਮੈਨੂੰ ਕੁੱਟਿਆ। ਪਹਿਲਾਂ ਦੋ ਜਣਿਆਂ ਨੇ ਕੁੱਟਿਆ, ਚਾਰ ਜਣੇ ਫੇਰ ਮਗਰ ਆਏ ਉਹਨਾਂ ਨੇ। ਮੈਂ ਇੱਕ ਵਾਰੀ ਇਹਨਾਂ ਕੋਲ ਕੁੱਟ ਖਾ ਕੇ ਮੈਂ ਫੇਰ ਹੱਥੀ 'ਚ ਬਹਿ ਗਿਆ, ਨਿਆਣੇ ਰੋਈ ਜਾਂਦੇ ਸੀ। ਮੈਂ ਉਹਨਾਂ ਨੂੰ ਚੁੱਪ ਕਰਾਉਣ ਲੱਗ ਪਿਆ, ਇਹ ਫੇਰ ਬਾਹਰ ਫੇਰ ਆਏ ਅਤੇ ਮੈਂ ਭੱਜ ਗਿਆ, ਨਿਕਲ ਗਿਆ ਵਿੱਚੋਂ ਹਾਥੀ ਦੇ। ਹਾਂਜੀ, ਮੈਂ ਭੱਜ ਗਿਆ, ਇਹ ਹਾਥੀ ਦੇ ਰੋੜੇ ਮਾਰਨ ਲੱਗ ਪਏ, ਵਿੱਚ ਨਿਆਣੇ ਬੈਠੇ ਸੀ। ਹਾਂਜੀ, ਫੇਰ ਮੈਨੂੰ ਵਾਪਸ ਆਉਣਾ ਪਿਆ, ਉਦੋਂ ਮੇਰਾ ਸਿਰ ਹੀ ਪੱਟ ਸੀ, ਦਾਤਰ ਮਾਰਿਆ ਇਹਨਾਂ ਨੇ, ਮੈਂ ਭੱਜ ਗਿਆ ਸੀ। ਅਤੇ ਮੈਨੂੰ ਨਿਆਣੇ ਦਾ ਕਰਕੇ ਵਾਪਸ ਆਉਣਾ ਪਿਆ, ਉਦੋਂ ਫੇਰ ਇਹਨਾਂ ਨੇ ਮੈਨੂੰ ਫੇਰ ਮੈਨੂੰ ਕੁੱਟਿਆ, ਫਿਰ ਮੇਰੀ ਲੱਤ ਤੋੜਤੀ, ਹਾਕੀਆਂ ਮਾਰੀਆਂ, ਦਾਤਰ ਵੀ ਮਾਰੇ। ਲੜਾਈ ਕੀ ਕਾਰਨ, ਕੀ ਬੰਦੇ ਕੌਣ ਸੀ ਅਤੇ ਕਿੱਥੇ ਦੇ ਸੀ? ਸਾਡੇ ਪਿੰਡ ਦੇ ਹੀ ਆ ਜੀ, ਸਰਪੰਚ ਆ ਜੀ, ਸਰਪੰਚ ਉਹਨਾਂ ਦੇ ਵਿੱਚੋਂ ਆ। ਹਾਂਜੀ, ਸਰਪੰਚ ਦਾ ਮੁੰਡਾ ਵੀ ਨਾਲ ਜੀ। ਹਾਂਜੀ, ਇਹ ਛੇ ਜਣੇ ਆ ਜੀ, ਇੱਕ ਕਰਨ ਆ ਜੀ, ਇੱਕ ਹਮੂ, ਅਜੇ ਕੁਮਾਰ, ਕਾਕੂ, ਰਾਜਨ। ਹਾਂਜੀ, ਬਸ ਇੰਨੇ ਛੇ ਜਣੇ। ਅਮਨ ਜੀ, ਅਮਨ। ਹਾਂਜੀ, ਕੋਈ ਪੁਰਾਣੀ ਕੋਈ ਰੰਜਿਸ਼ਬਾਜ਼ੀ? ਕੋਈ ਰੰਜਿਸ਼ਬਾਜ਼ੀ ਨਹੀਂ, ਮੈਂ ਤਾਂ ਕਦੀ ਕਿਸੇ ਨਾਲ ਲੜਿਆ ਵੀ ਨਹੀਂ ਅੱਜ ਤਾਈਂ ਜੀ। ਤਾਂ ਹੁਣ ਤੁਸੀਂ ਪੁਲਿਸ ਦੇ ਉੱਚ ਅਧਿਕਾਰੀ ਤੋਂ ਕੀ ਮੰਗ ਕੀ ਕਰਦੇ? ਹਾਂਜੀ, ਇਨਸਾਫ ਮੰਗਦੇ ਹਾਂ ਜੀ। ਹਾਂਜੀ, ਕੱਲ੍ਹ ਦੇ ਇਨਕੁਆਇਰ ਕੁਛ ਵੀ ਨਹੀਂ ਆਏ, ਕੱਲ੍ਹ ਦੇ ਦੋ ਗੇੜੇ ਵੀ ਮਾਰਤੇ ਫੱਤੂ ਢਿੰਗ, ਕੋਈ ਵੀ ਨਹੀਂ ਆਇਆ ਜੀ ਇੱਥੇ, ਵੜੇ ਆਏ ਨਹੀਂ ਜੀ। ਉਹਨਾਂ ਨੇ ਪੈਸੇ ਪੂਸੇ ਦਿੱਤੇ, ਪਤਾ ਨਹੀਂ ਕੀ ਚੱਕਰ ਉਹਨਾਂ ਨੇ ਕੁਛ ਕੀਤਾ ਪਿਆ, ਉਹਨਾਂ ਨੇ ਰੋਕੇ ਪਏ ਆ, ਉਹ ਆਉਣ ਹੀ ਨਹੀਂ ਦਿਆ ਕੋਈ ਵੀ, ਬਿਆਨ ਲੈਣ ਨਹੀਂ ਕੋਈ ਆਉਣ ਦਿਆ ਜੀ। ਹਾਂਜੀ, ਤਾਂ ਤੁਸੀਂ ਉੱਚ ਅਧਿਕਾਰੀ ਤੋਂ ਮੰਗ ਕੀ ਕਰਦੇ ਪੁਲਿਸ ਦੇ? ਇਨਸਾਫ ਹੀ ਮੰਗਦੇ ਆ, ਸਾਨੂੰ ਇਨਸਾਫ ਚਾਹੀਦਾ, ਕੋਈ ਵੀ ਨਹੀਂ ਆਇਆ ਜੀ ਕੱਲ੍ਹ ਦਾ।